ਆ ਦੇਖੋ ਮੇਰੇ ਵੀਰੇ ਸੋਲਰ ਫਿਟਿੰਗ, ਸੋਲਰ ਫਿਟਿੰਗ ਦਾ ਪਾਈਪ ਹੈ ਜੀ, ਇਹ ਅੰਡਰਗਰਾਊਂਡ ਜੀ ਆਈ ਪਾਈਪ ਪਾਇਆ ਹੋਇਆ ਸੀਗਾ। ਆ ਦੇਖੋ ਵੀਰੇ ਸਾਰਾ ਲੀਕ ਹੈ, ਇਸ ਦੀ ਨਾ ਕਿਸੇ ਨੇ ਸਾਰੀ ਡਾਊਨ ਸੀਲਿੰਗ ਜਿਹੜੀ ਸੀ ਸਾਰੀ ਖਰਾਬ ਕਰ ਦਿੱਤੀ ਹੈ। ਦੇਖੋ ਜੀ ਸਾਰੀ ਡਾਊਨ ਸੀਲਿੰਗ ਖਰਾਬ ਕਰ ਦਿੱਤੀ ਆ, ਦੇਖੋ ਕਿੰਨਾ ਪੱਟਾ ਜੀ ਇਹ ਸੋਲਰ ਸਿਸਟਮ ਦੇ ਕਰਕੇ। ਮੇਰੇ ਵੀਰਾਂ ਨੂੰ ਬੇਨਤੀ ਆ, ਪਲੰਬਰਾਂ ਨੂੰ ਵੀ, ਜੋ ਪਲੰਬਰ ਸੋਲਰ ਦਾ ਪਾਈਪ ਉੱਪਰ ਤੱਕ ਲੈ ਕੇ ਜਾਂਦੇ ਆ ਉਹਨਾਂ ਨੂੰ ਇਹ ਬੇਨਤੀ ਆ ਕਿ ਸਿਰਫ ਸੋਲਰ ਵਾਲਾ ਪਾਈਪ ਹੀ ਓਪਨ ਪਾਇਆ ਕਰੋ ਜੀ, ਓਪਨ ਛੱਤ ਦੇ ਉੱਪਰ ਸੋਲਰ ਵਾਲਾ ਪਾਈਪ ਓਪਨ ਪਾ ਦਿਆ ਕਰੋ, ਅਤੇ ਨਹੀਂ ਇਹਨੂੰ ਉਹਦੇ ਵਿੱਚ ਹੀਟ ਬਹੁਤ ਮਿਲਦੀ ਹੈਗੀ, ਇਹਦੀ ਕੋਈ ਸੀਮਾ ਨਹੀਂ ਹੁੰਦੀ, ਸੋਲਰ ਦੀ ਕੋਈ ਸੀਮਾ ਨਹੀਂ ਹੁੰਦੀ, ਇਸ ਕਰਕੇ ਸਾਰਾ ਖਰਾਬ ਹੋ ਜਾਂਦਾ ਜੀ। ਥੈਂਕ ਯੂ, ਧੰਨਵਾਦ ਜੀ, ਥੈਂਕ ਯੂ, ਧੰਨਵਾਦ ਜੀ, ਮਿਹਰਬਾਨੀ।